ना कुछ नहीं पता लगा। सत श्री अकाल दोस्तों, तुसीं देख रहे हो पापी दुनिया चैनल ते। दोस्तों हाजिर हो चुके हैं एक होर नवीं अपडेट दे नाल। तां दोस्तों जिवें कि तुहानूं पता ही होगा कि बीते दिन यूपी दे विच एक पंजाबी सिख नौजवान का कतल कर दिता गया सी उसदी ही प्रेमिका दे घरदिआं वल्लों, उसदे चाचे वल्लों। ते दोस्तों हुण इस मामले विच एक नवां वड्डा खुलासा होया है, जिथे कि इस मामले विच उस कुड़ी दी जो कि हरकरण सिंह दी प्रेमिका सी अते हरकरण सिंह दे दोस्तां दी एक ऑडियो रिकॉर्डिंग वायरल हो रही है। जदों हरकरण सिंह उस कुड़ी दे पिंड वल चलिया जांदा है ते उस तों बाद हरकरण सिंह दे दोस्त जदों घबरा जांदे हन, तां उस तों बाद दी रिकॉर्डिंग है उस कुड़ी दे विचाले अते हरकरण सिंह दे दोस्तां विचाले, जिस विच कि उस वल्लों जो गल की जा रही है तुसीं आप ही सुन लियो। अते वीडियो विच अगे वधण तों पहलां जेकर तुसीं अजे तक साडे चैनल नूं सबसक्राइब नहीं कीता तां सबसक्राइब जरूर कर लियो। तो दोस्तों आओ हुण तुहानूं लै चलदे उस वायरल हो रही ऑडियो रिकॉर्डिंग वल। ना हुण चले आ जे एडी छेती कित्थों हो जूगा जाणा उहनां ने। ਹਾਂਜੀ ਠੀਕ ਠੀਕ ਜਦੋਂ ਪਤਾ ਲੱਗੂਗਾ ਤੁਹਾਨੂੰ। ਮੇਰੀ ਗੱਲ ਸੁਣੋ, ਤੇ ਜਿੱਦਾਂ ਮਾਰਾ ਤੁਹਾਡੇ ਘਰ ਕਿਸੇ ਨੂੰ ਪਤਾ ਤੇ ਨਹੀਂ ਆਇਆ ਸੀ? ਕਿਸੇ ਨੂੰ ਨਹੀਂ ਪਤਾ? ਅੱਛਾ ਨਹੀਂ, ਮਤਲਬ ਮੈਂ ਸੋਚਦਾ ਘਰ ਘੁਰ ਨਾ ਪਤਾ ਹੋਵੇ ਕਿਸੇ ਨੂੰ, ਤੁਹਾਡੇ ਘਰ ਜਾਂ ਕਿ ਰੋਲਾ ਰਾਲਾ ਪਿਆ ਹੋਵੇ ਕਿ ਮੁੰਡਾ ਆਇਆ ਹੋਵੇ ਰਾਤ, ਕੁਛ ਵੀ ਇੱਦਾਂ ਦਾ ਜਾਣੇ ਗੁਆਂਢੀਆਂ ਕਿਤੇ ਫੜਿਆ ਹੋਵੇ। ਠੀਕ ਹੈ, ਚਲੋ ਠੀਕ ਹੈ ਠੀਕ ਹੈ ਠੀਕ। ਉਹਦਾ ਫੋਨ ਨਹੀਂ ਲੱਗਦਾ। ਕੀ ਗੱਲ? ਕਿਹਦਾ ਹਰਚਰਨ ਦਾ ਫੋਨ ਲੱਗਦਾ ਵਾ? ਪਾਇਲ ਜਾਣ ਦੀ ਪੂਰੀ ਠੀਕ ਠੀਕ। ਤਾਂ ਦੋਸਤੋ ਤੁਹਾਨੂੰ ਇਹ ਆਡੀਓ ਰਿਕਾਰਡਿੰਗ ਸੁਣ ਕੇ ਕੀ ਲੱਗ ਰਿਹਾ ਹੈ ਕਿ ਉਹ ਕੁੜੀ ਨਾਟਕ ਕਰ ਰਹੀ ਹੈ ਜਾਂ ਫਿਰ ਉਸਨੂੰ ਸੱਚਮੁੱਚ ਹੀ ਨਹੀਂ ਪਤਾ ਕਿ ਹਰਕਰਨ ਸਿੰਘ ਕਿੱਥੇ ਹੈ ਅਤੇ ਉਸ ਨਾਲ ਕੀ ਹੋ ਰਿਹਾ ਹੈ? ਤੁਹਾਡੇ ਇਸ ਬਾਰੇ ਕੀ ਰਾਏ ਹੈ ਸਾਨੂੰ ਕਮੈਂਟ ਵਿੱਚ ਜ਼ਰੂਰ ਦੱਸਿਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ, ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਨਾਲ ਲੱਗੀ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਤਾਂ ਜੋ ਸਾਡੀ ਆਉਣ ਵਾਲੀ ਕੋਈ ਵੀਡੀਓ ਤੁਸੀਂ ਮਿਸ ਨਾ ਕਰੋ। ਅਤੇ ਇਸ ਦੇ ਨਾਲ ਜਿਸ ਜੀ ਵੀ ਨੇ ਤੱਕ ਸਾਨੂੰ ਸਾਡੇ ਇੰਸਟਾਗ੍ਰਾਮ ਅਤੇ ਫੇਸਬੁੱਕ ਪੇਜ 'ਤੇ ਫੋਲੋ ਨਹੀਂ ਕੀਤਾ ਉਹ ਸਾਨੂੰ ਇੱਥੇ ਫੋਲੋ ਕਰ ਲਿਓ, ਕਿਉਂਕਿ ਬਹੁਤ ਸਾਰੀਆਂ ਵੱਡੀਆਂ ਅਪਡੇਟਸ ਤੁਹਾਨੂੰ ਉੱਥੇ ਮਿਲਦੀਆਂ ਰਹਿੰਦੀਆਂ ਹਨ। ਤਾਂ ਦੋਸਤੋ ਹੁਣ ਮਿਲਦੇ ਹਾਂ ਕਿਸੇ ਹੋਰ ਨਵੀਂ ਅਪਡੇਟ ਦੇ ਨਾਲ, ਤਾਂ ਹੋਰ ਵੱਡੀਆਂ ਅਪਡੇਟਸ ਨਾਲ ਜੁੜੇ ਰਹਿਣ ਲਈ ਦੇਖਦੇ ਰਹੋ ਪਾਪੀ ਦੁਨੀਆ ਚੈਨਲ।